आकाशवाणी खबरां पुनम डोगरा ਕੋਲਾ ਪਹਿਲੇ ਇਸ ਵੇਲੇ ਦੀਆਂ ਖਾਸ ਖਬਰਾਂ ਜੰਮੂ ਕਸ਼ਮੀਰ ਤੇ ਹਰਿਆਣਾ ਚ ਅਸੈਂਬਲੀ ਚੁਣਾਈ ਲਈ ਪ੍ਰਚਾਰ ਲਗਾਤਾਰ ਜ਼ੋਰ ਫਗੜਾ ਕਰਦਾ ਹੈ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਬਿਰਿਸ਼ਟ ਨੇਤਾ ਨਰਿੰਦਰ ਮੋਦੀ ਹੋਰ ਅੱਜ ਡੋਡਾ ਚ ਚੁਣਾਈ ਰੈਲੀ ਕਰਨਗੇ ਕੇਂਦਰ ਸਰਕਾਰਾਂ ਨੇ ਜਮਾਖੋਰੀ ਤੇ ਕੀਮਤਾਂ ਦੀ ਸਥਿਰ ਰੱਖਣ ਦੇ ਮਕਸਦ ਕਨੇ ਕਨਕ ਤੇ ਪੰਡਾਰਨ ਦੀ ਅਦ ਨਵੇਂ ਸਿਰਿਆਂ ਤਿਆ ਕੀਤੀ ਹੈ ਕੇਂਦਰੀ ਮੰਤਰੀ ਅਮਿਤ ਸ਼ਾਹ ਇੰਦੀ ਦਿਵਸ 2024 ਦੇ ਮੌਕੇ ਉਪਰ ਸਰਕਾਰੀ ਭਾਸ਼ਾ ਇਰਕ ਜੈਂਤੀ ਸਮਾਰੋਹ ਦੇ ਉਦਘਾਟਨੀ ਸਤਰ ਦੀ ਸੰਬੋਧਨ ਕਰਨਨ ਅਸਮ ਚ ਰਾਜ ਮੰਤਰੀ ਮੰਡਲ ਨੇ ਅਨਿਯਮਤ ਜਮਾ ਤੇ ਗੈਰ ਕਾਨੂੰਨੀ ਟ੍ਰੇਡਿੰਗ ਘੋਟਾਲੇ ਕਨੇ ਜੁੜੇ ਦੇ ਸਭੇ ਮਾਮਲੇ ਸੀਬੀਆਈ ਦੀ ਸੋਪਨੇ ਦਾ ਫੈਸਲਾ ਲੱਤਾ ਹੈ ਤੇ ਆ ਕੇ ਚ ਮਰਦਿਆਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ ਟੂਰਨਾਮੈਂਟ ਚ ਭਾਰਤ ਦਾ ਮੁਕਾਬਲਾ ਰਿਵਾਇਤੀ ਹਰੀਫ ਪਾਕਿਸਤਾਨ ਕਨੇ ਹੋਗ ਉਹਨਾਂ ਖਬਰਾਂ ਤਫਸੀਲ ਕਰਨੇ ਜੰਮੂ ਕਸ਼ਮੀਰ ਚ ਪਹਿਲੇ ਚਰਨ ਦੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜੋਰੇ ਸ਼ੋਰੇ ਜਾਰੀ ਹੈ ਇਸ ਗੇਟ ਤਹਿਤ 24 ਅਸੈਂਬਲੀ ਹਲਕੇ ਚ ਆਉਂਦੀ 18 ਸਤੰਬਰ ਦੀ ਵੋਟ ਪਾਈ ਜਾਂਗਨ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਵੱਡੇ ਨੇਤਾ ਮਤਦਾਤਾਵਾਂ ਦੀ ਆਪਣੇ ਪੱਖ 'ਚ ਕਰਨ ਲਈ ਕੋਈ ਕਸਰ ਨਹੀਂ ਛੋੜਾ ਕਰਦੇ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਬਰਿਸ਼ਟ ਨੇਤਾ ਨਰਿੰਦਰ ਮੋਦੀ ਉਹ ਅੱਜ ਡੋੜਾ ਜ਼ਿਲ੍ਹੇ 'ਚ ਇੱਕ ਚੋਣਵੀ ਰੈਲੀ 'ਚ ਸੰਬੋਧਿਤ ਕਰਨਗੇ। ਕਾਂਗਰਸ ਤੇ ਨੈਸ਼ਨਲ ਕਾਨਫਰੰਸ ਵੀ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਾ ਕਰਦੇ ਨੇ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਮੁੱਖ ਪ੍ਰਵਕਤਾ ਸੁਨੀਲ ਸੇਠੀ ਉਹ ਨੇ ਕੱਲ ਜੰਮੂ 'ਚ ਇੱਕ ਸੰਬਾਦਤਾ ਸੰਮੇਲਨ 'ਕੀ ਸੰਬੋਧਿਤ ਕੀਤਾ। ਉਹ ਨੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ 'ਤੇ ਕਾਟੜੀ 'ਚ ਅਲਗਾਵਵਾਦ ਤੇ ਅਤਿਨਕਵਾਦ 'ਕੀ ਬढ़ावा ਦੇਣੇ ਦਾ aarop laya। ਉਨੇ ਅਗਿਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਉ ਨੇ ਜੰਮੂ ਕਸ਼ਮੀਰ ਚਰਮਾਨਦਾਰੀ ਬਾਲ ਕੀਤੀ ਤੇ ਵਿਕਾਸਵਾਦ ਦਾ ਯਕੀਨੀ ਬਣਾਇਆ। ਉਨੇ ਆਖਿਆ ਜੇ ਸ਼੍ਰੀ ਮੋਦੀ ਹੁੰਦੇ ਕੋਲ ਜੰਮੂ ਕਸ਼ਮੀਰ ਕੀ ਦੇਸ਼ੇ ਦਾ ਸਭਨੇਸ਼ਾ ਵਿਕਸਿਤ ਖੇਤਰ ਬਣਾਉਣੇ ਦਾ ਨਜ਼ਰੀਆ ਤੇ ਰੂਪਰੇਖਾ ਦੋਨੋਂ ਐਨ। ਤੋਹੇ ਸਾਫਕਾ ਮੁੱਖ ਮੰਤਰੀ ਤੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਅਧਿਐਖ ਗੁਲਾਮ ਨਵੀ ਆਜ਼ਾਦੋ ਨੇ ਕੱਲ ਦੱਖਣੀ ਕਸ਼ਮੀਰ ਦੇ ਡੂਰੂ ਕਾਂਜੀਕੁੜ ਤੇ ਦਿਵਸਰ ਚਤਰਾ ચૂંટણી ਵਾਲੀਆਂ ਗੇ ਸੰਬੋਧਿਤ ਕੀਤਾ। ਪਰਦੇਸ਼ ਚ ਅਸੈਂਬਲੀ ਦੇ ਚੋਣਾਂ ਕੁੱਲ ਤਿੰਨ ਚਰਨਾਂ ਚ ਕਰਾਈ ਜਾਕਰ ਦੇਣਾ ਪਹਿਲੇ ਗੇੜ ਤਾ 18 ਸਤੰਬਰ ਗੀ ਦੂਏ ਗੇੜ ਤਾ 25 ਸਤੰਬਰ ਗੀ ਤੇ ਤ੍ਰਿਏ ਗੇੜ ਤਾ 1 ਅਕਤੂਬਰ ਗੀ ਮਤਾਨ ਹੋਣਾ ਅਖੀਰਲੇ ਗੇੜ ਦੇ ਚੋਣਾਂ ਲਈ ਨਾਮੰਕਨ ਪੱਤਰ ਦੀ ਜਾਂਚ ਦੇ ਬਾਅਦ 449 ਮੇਦਵਾਰਾਂ ਦੇ ਨਾਮੰਕਨ ਪੱਤਰ ਦੁਰੁਸਤ ਪਾਏਗੇ ਨਾ ਇਸ ਗੇੜ ਦੇ ਚੋਣਾਂ ਲਈ ਨਾਂ ਵਾਪਸ ਲੈਣੇ ਦੀ ਖੀ ਦੀ ਤਰੀਕ 17 ਸਤੰਬਰ ਆ ਤੋਈ ਹਰਿਆਣਾ ਚ ਇੱਕ ਚਰਨ ਚ ਉਹਨੇ ਵਾਲੇ ਵਿਧਾਨ ਸਭਾ ਚੋਣਾਂ ਲਈ ਵੀ ਪ੍ਰਚਾਰ ਜੋੜ ਫਗੜਾ ਕਰਦਾ ਹੈ ਪ੍ਰਧਾਨ ਮੰਤਰੀ ਤੇ ਜੀ.ਐੱਮ.ਪੀ ਦੇ ਬਰਿਸ਼ਟੇ ਨੇਤਾ ਨਰੇਂਦਰ ਮੋਦੀ ਹੋਰ ਅਜ ਰਾਜ ਚ ਪਾਰਟੀ ਦੇ ਅਭਿਆਨ ਦੀ ਸ਼ੁਰੂਆਤ ਕਰਨ ਹਨ ਮੋਦੀ ਹੋ ਰਾਜ ਦੁਪਹਿਰ ਹੀ ਲੇ ਕੁਰੂਖ ਖੇਤਰ ਦੇ ਥੀਮ ਪਾਰਕ ਚ ਚੁਨਾਵੀ ਰੈਲੀ ਕਰਗਨ ਹਰਿਆਣਾ ਚ ਪ੍ਰਧਾਨ ਮੰਤਰੀਉਂ ਦੀ ਇਹ ਪਹਿਲੀ ਚੁਨਾਵੀ ਰੈਲੀ ਹੋਗ ਹਰਿਆਣਾ ਦੀ 90 ਸੀਟਾਂ ਵਾਲੀ ਵਿਧਾਨ ਸਭਾ ਲਈ 5 ਅਕਤੂਬਰ ਦੀ ਮਦਾਨ ਹੋਗ ਹਰਿਆਣਾ ਤੇ ਜੰਮੂ ਕਸ਼ਮੀਰ ਚ ਵੋਟੇ ਦੀ ਗਿਣਤਰੀ 8 ਅਕਤੂਬਰ ਦੀ ਕਰਾਈ ਜਾਗ ਕੇਂਦਰ ਨੇ ਕਨਤ ਦੇ ਬਦਦਾਰ ਦੇ ਪਾਏ ਤੇ ਜਮ੍ਹਾਂ ਖੋਰੀਗੀ ਰੋਕਣ ਲਈ ਵਪਾਰੀਆਂ, ਥੋਕ ਵਿਕਰੇਤਾएं, ਖੁਦਰਾ ਵਿਕਰੇਤਾएं ਤੇ ਪ੍ਰਸੰਸ਼ਕਰਨ ਕਰਨ ਵਾਲੇ ਲਈ ਪੰਡਾ ਰੰਦੀ ਸੀਮਾ ਸੰਸ਼ੋਧਿਤ ਕੀਤੀ ਹੈ। ਕੇਂਦਰੀ ਉਪਭੋਗਤਾ ਮਾਮਲੇ, ਖਾਦਦੇ ਤੇ ਸਰਬਜਨਿਕ ਪੰਡ ਬਿਕਰੀ ਵਿਤਰਨ ਮੰਤਰਾਲੇ ਨੇ ਗਲਾਇਆ ਜੇ ਵਪਾਰੀਆਂ, ਥੋਕ ਵਿਕਰੇਤਾएं ਲਈ ਸੰਸ਼ੋਧਿਤ ਕਨਤ ਪੰਡਾ ਰੰਦੀ ਸੀਮਾ 12000 ਮੀਟ੍ਰਿਕ ਟਨ ਹੋਗ। ਇਹ ਸੀਮਾ ਪਹਿਲੇ 3000 ਮੀਟ੍ਰਿਕ ਟਨ ਹੀ व्यक्तिगत खुदरा विक्रेताएं ਲਈ பண்டारण सीमा 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਹ ਵਿਕਰੇਤਾ 10 ਟਨ ਤੱਕ ਕਰ ਕਨਕ ਦਾ ਪੰਡਾਰਨ ਕਰ ਸਕਣ ਮੰਤਰਾਲੇ ਨੇ ਇਸ ਬਾਰੇ 24 ਜੂਨ ਦੀ ਕਨਕ ਪੰਡਾਰਨ ਸੀਮਾ ਲਾਗੂ ਕੀਤੀ ਹੀ ਇਹ ਰੋਗ ਸਭਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅਗਲੇ ਬਾਰੇ 31 ਮਾਰਚ ਤੱਕ ਲਾਗੂ ਰੋਗ ਮੰਤralਏ ਨੇ ਗਲਾਇਆ ਜੇ ਕਨਕ ਪੰਡਾਰਨ ਕਨੇ ਜੁੜੀ ਦੀ ਕੰਪਨੀਆਂ ਗੀ ਕਨਕ ਪੰਡਾਰਨ ਸੀਮਾ ਪੋਰਟਲ ਉਪਰ ਪੰਜੀਕਰਨ ਕਰਾਣਾ ਹੋਗ ਤੇ ਹਰ ਸ਼ੁੱਕਰਵਾਰ ਸਟਾਕ ਦੀ ਸਥਿਤੀ ਅਪਡੇਟ ਵੀ ਕਰਨੀ ਪੋਗ ਮੰਤralਏ ਨੇ ਗਲਾਇਆ ਜੇ ਇਸ ਬਰੇ ਆੜੀ ਮੌਸਮ ਦੌਰਾਨ ਤਕਰੀਬਨ 1129 ਲੱਖ ਮੈਟ੍ਰਿਕ ਟਨ ਕਨਕ ਦਾ ਉਤਪਾਦਨ ਦਰਜ ਕੀਤਾ ਗਿਆ ਤੇ ਦੇਸ਼ ਚ ਇਹਦੀ ਲੋੜ ਦੀ ਮਾਤਰਾ ਉਪਲਬਧ ਹੈ ਸਰਕਾਰ ਨੇ ਕੱਚੇ ਤੇਲ ਉੱਪਰ ਸੀਮਾ ਸ਼ੁਲਕ ਵਧਾਈਏ 2% ਤੇ ਰਿਫਾਈਨਡ ਸੂਰਜਮੁਖੀ ਤੇਲ ਉੱਪਰ 32.5% ਕਰ ਦਿੱਤਾ ਹੈ। ਵਿਦ ਮੰਤਰਾਲੇ ਆਸਿਆ ਜਾਰੀ ਅਦੀ ਸੂਚਨਾ ਮੁਜਬ ਕੱਚੇ ਪਾਮ ਸੋਇਆਬੀਨ ਤੇ ਸੂਰਜਮੁਖੀ ਦੇ ਬੀਜਾਂ ਦਾ ਤੇਲ ਉੱਪਰ ਮੂਲ ਕਸਟਮ ਡਿਊਟੀ 0% ਸ਼ਾਂ ਬਧਾਈਏ 20% ਕਰੀ ਦਿੱਤੀ ਹੈ। ਇਹ ਰਿਫਾਈਨਡ ਪਾਮ ਸੋਇਆਬੀਨ ਤੇ ਸੂਰਜਮੁਖੀ ਤੇਲ ਉੱਪਰ ਮੂਲ ਸੀਮਾ ਸ਼ੁਲਕ 12.5% ਦਾ ਸ਼ਾਂ ਬਧਾਈਏ 32.5% ਕਰੀ ਦਿੱਤੀ ਗਈ ਹੈ। ਕੱਚੇ ਤੇਲ ਉੱਪਰ ਪ੍ਰਵਾਹ ਵਿਸ਼ੁਲਕ 5.5% ਦੀ ਸ਼ਾਂ ਬਧਾਈਏ 27.5% ਦੀ ਉਜਾਗ ਤੇ ਰਿਫਾਈਨਡ ਤੇਲੇ ਲਈ ਇਹ ਸ਼ੁਲਕ 13 ਆੜਿਆ 75% ਦੀਆਂ ਵਧਾਈਏ 35.75% ਕਰ ਦਿੱਤਾ ਜਾਗ ਇਹ ਖਬਰਾਂ ਤੁਸ ਆਕਾਸ਼ਵਾਨੀ ਪ੍ਰਾਂ ਸੁਨਰਦੇਓ ਅੱਜ ਪੂਰੇ ਦੇਸ਼ 'ਚ ਇੰਦੀ ਦਿਵਸ ਮਨਾਇਆ ਜਾ ਕਰਦਾ ਅੱਜ ਦੇ ਦਿਨ 1959 ਚ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਚ ਲਿਖੀ ਦੀ ਇੰਦੀ ਕੀ ਦੇਸ਼ਾ ਦੀ ਅਧਿਕਾਰਿਕ ਭਾਸ਼ਾ ਦੇ ਰੂਪ ਚ ਅਪਣਾਇਆ ਹਾ ਅੱਜ ਇੰਦੀ ਵਿਸ਼ਵ ਚ ਸਭ ਨੇ ਸਹਿਮਤੀ ਬੋਲੇ ਜਾਣੀ ਅਲੀ ਭਾਸ਼ਾ ਹੈ ਤੇ 520 ਮਿਲੀਅਨ ਸ਼ਾਭੀ ਮਤੇ ਲੋਕਾਂ ਦੀ ਪਹਿਲੀ ਭਾਸ਼ਾ ਹੈ ਅੱਜ ਇਸ ਮੌਕੇ ਉੱਪਰ ਗ੍ਰਾਮ ਮੰਤਰੀ ਅਮਿਤ ਸ਼ਾਰ ਨਮੀ ਦਿੱਲੀ ਚ ਇੰਦੀ ਪਾਸ਼ਾ ਦੀ ਹੀਰਕ ਜਨਮ ਦਿਤੀ ਸਮਰੋਹ ਕੀ ਤੇ ਚੌਥੇ ਅਖਲਪਾਰਤੇ ਰਾਜਪਾਸ਼ਾ ਸੰਮੇਲਨ ਦੇ ਉਦਘਾਟਨੀ ਸੱਤਰਗੀ ਸੰਬੋਧਿਤ ਵੀ ਕਰਨਗਣ ਇਸ ਸੰਮੇਲਨ ਦਾ ਆਯੋਜਨ ਰਾਜਪਾਸ਼ਾ ਸਰਬੰਦੀ ਵਿਭਾਗ ਆਸਿਆ ਕੀਤਾ ਹੈਦਾ ਇਸ ਮੌਕੇ ਉੱਪਰ ਗ੍ਰਾਮ ਮੰਤਰੀਓ ਰ ਹੀਰਕ ਜਨਮ ਦਿਤੀ ਦੇ ਮੌਕੇ ਉੱਪਰ ਰਾਜਪਾਸ਼ਾ ਭਾਰਤੀ ਮੈਗਜ਼ੀਨ ਦਾ ਵਿਸ਼ੇਸ਼ ਸੰਸਕਰਨ ਵੀ ਜਾਰੀ ਕਰਨਗਣ ਤੇ ਰਾਜਪਾਸ਼ਾ ਗੌਰਵ ਤੇ ਰਾਜਪਾਸ਼ਾ ਕੀਰਤੀ ਸਨਮਾਨ ਵੀ ਪੇਟ ਕਰਨਗਣ ਕੇਂਦਰੀ ਗ੍ਰਹਿ ਮੰਤਰੀ ਹੋਰ ਕੱਲ ਨਵੀਂ ਦਿੱਲੀ ਚ 7ਵੇਂ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ ਦਾ ਉਦਘਾਟਨ ਕਰਨਗੇ ਇਸ ਦੋ ਦਿਨੇ ਦੇ ਸੰਮੇਲਨ ਦੌਰਾਨ ਸਰਕਾਰ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੇਂਦਰੀ ਸਸ਼ਸਤਰ ਪੁਲਿਸ ਬਲਾਂ ਤੇ ਕੇਂਦਰੀ ਪੁਲਿਸ ਸੰਗਠਨ ਦੇ ਵਰਿਸ਼ਟ ਪੁਲਿਸ ਅਧਿਕਾਰੀਆਂ ਕਨੇ ਮਿਲੀਏ ਉਬਰਦੀ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਸ਼ਾਨੇ ਬਣਨੇ ਲਈ ਰੋਡ ਮੈਪ ਤਿਆਰ ਕਰਨਗੇ ਗ੍ਰਮ ਮੰਤਰੀ ਹੋਰਾਂ ਡੀਜੀਐਸਪੀ ਤੇ ਆਈਜੀਐਸਪੀ ਸੰਮੇਲਨ ਅਨੁਸ਼ੰਸਾ ਡੈਸ਼ਬੋਰਡ ਦੀ ਸ਼ੁਰੂਆਤ ਵੀ ਕੀਤੀ। ਇਸੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਆਸਿਆ ਵਿਕਸਿਤ ਕੀਤਾ ਗਿਆ। ਸੰਮੇਲਨ ਚ ਦੇਸ਼ ਦੇ ਬਾਖ-ਬਖ ਇਸੇ ਥਾਂ 150 ਸ਼ਾਮ ਮਤੇ ਅਧਿਕਾਰੀ ਇਸਾ ਲੈਰ ਦੇਣਾ। ਇਹਦੇ ਸ਼ਾ ਪੱਲੇ ਗ੍ਰਮ ਮੰਤਰੀ ਹੋਰਾਂ ਸ਼ੀਦ ਸਤੰਭ ਉੱਪਰ ਪੁਸ਼ਪਾਂਜਲੀ ਅਰਪਿਤ ਕੀਤੀ ਤੇ ਦੇਸ਼ ਲਈ ਸਰਵੋੱਚ ਬਲੀਦਾਨ ਦੇਣ ਵਾਲੇ ਸ਼ੀਦ ਦੇਗੀ ਪਾਪਰੋਚੀ ਸ਼ਰਦਾਂਜਲੀ ਵੀ ਦਿੱਤੀ। ਅਸਮ ਚ ਰਾਜ ਮੰਤਰੀ ਮੰਡਲ ਨੇ ਅਨਿਯਮਿਤ ਜਮਾਤ ਤੇ ਗੈਰ ਕਾਨੂੰਨੀ ਟਰੇਡਿੰਗ ਕੋਟਾ ਲੈ ਕਰਨੇ ਜੁੜੇ ਦੇ ਸੱਬੇ ਮਾਮਲੇ ਸੀਬੀਆਈ 기 ਸੌਂਪਣ ਦਾ ਫੈਸਲਾ ਲਤਾ। ਇਹ ਮਾਮਲੇ ਰਾਜ ਦੇ ਕਈ ਪੁਲਸ ਥਾਣੇ ਚ ਦਰਜ ਕੀਤੇ ਗਿਦੇ ਹੈ। ਮੰਤਰੀ ਮੰਡਲ ਨੇ ਐਸੀ ਗਤੀਵਿਧੀਆਂ ਪਰ ਰੋਕ ਲਾਣੇ ਲਈ ਰਾਜ ਦੇ ਗ੍ਰਹਿ ਤੇ ਵਿੱਤ ਵਿਭਾਗ ਦੀ ਮਾਨਕ ਸੰਚਾਲਨ ਲਾ ਲਈ ਇੱਕ ਪ੍ਰਕਿਰਿਆ ਦਾ ਮਸੂਦਾ ਤਿਆਰ ਕਰਨੇ ਦਾ ਵੀ ਨਿਰਦੇਸ਼ ਦਿੱਤਾ ਹੈ। ਹਾਲ ਚਿਰ ਲੋਕਾਂ ਗੈਰ ਕਾਨੂੰਨੀ ਟਰੇਡਿੰਗ ਕੋਟਾ ਲੈ ਕਰਨੇ ਜੁੜੇ ਦੇ ਮਾਮਲੇ 'ਚ ਕਈ ਮਾਮਲੇ ਦਰਜ ਕਰਾਏ ਹੈ ਤੇ ਇਸ ਮੁੱਦੇ 'ਤੇ ਪੂਰੇ ਰਾਜ 'ਚ ਬਾਕ-ਬਾਕ ਥਾਰੇ ਪਰ ਵਿਰੋਧ ਪ੍ਰਦਰਸ਼ਨ ਕੀਤੇ ਹੈ ਕੋਟਾਲੇ ਦੇ ਸਰਬੰਧਕ ਉਨੇ ਤੱਕ 61 ਲੋਕਾਂ ਕੀ ਗ੍ਰਿਫਤਾਰ ਕੀਤਾ ਗਿਆ ਤੇ ਬਾਈਏ ਓਰਨੇ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤੇ ਗੇਨ ਕਰਨਗੇ ਕੋਟਾਲੇ ਦੀ ਜਾਂਚ ਲਈ 14 ਵਿਸ਼ੇਸ਼ ਜਾਂਚ ਦਲ ਖੜੇ ਰਗੇਨ ਪੂਲ ਸੂਤਰੇ ਮੁਜਬ ਰਾਜ ਦੇ ਕਈ ਆਨਲਾਈਨ ਟਰੇਡਿੰਗ ਕੰਪਨੀਆਂ SEBI ਜਾਂ RBI ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੇ ਬਗੈਰ ਗੇ ਚਲਾਈਆਂ ਜਾ ਕਰਦੀਆਂ ਨੇ ਤੇ ਇਹਦੇ ਕਰੀ ਨਿਵੇਸ਼ਕਾਂ ਨੂੰ ਨੁਕਸਾਨ ਹੋਇਆ ਆਨਲਾਈਨ ਤੋਂ ਖਦੜੀ ਕੰਪਨੀ ਅਸਮ ਸਨੇ ਰਾਜਥਮਾ ਬਾਰੇ ਦੇ ਨਿਵੇਸ਼ਕਾਂ ਗੇ ਬਿੱਲਾ ਲਿਚ ਦਿੱਤਾ ਤੇ ਦੋ ਮਹੀਨੇ ਅੰਦਰ 3% ਵਾਪਸੀ ਦਾ ਵਾਅਦਾ ਕੀਤਾ ਗਿਆ ਹਾ ਸਾਡੇ ਸੰਬਾਤਾਂ ਨੇ ਦੱਸਿਆ ਜੇ ਤਿੰਨ ਪ੍ਰਮੁੱਖ ਆਨਲਾਈਨ ਨਿਵੇਸ਼ ਕੰਪਨੀਆਂ ਇਕੱਲੇ 11000 ਕਰੋੜ ਰੁਪਏ ਸ਼ਾਮਤ ਹੈ ਦੀ ਧੋਖਾਧੜੀ ਕੀਤੀ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਉਰਿੰਗਲਾਏ ਜੇ ਸਮਾਜਿਕ ਨਿਆਂ ਸਮਾਵੇਸ਼ੀ ਵਿਕਾਸ ਤੇ ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਸਰਕਾਰ ਦੀ ਪ੍ਰਮੁੱਖ ਨੀਤੀ ਰਹੀ ਹੈ ਜਿਨੀਵਾ ਚ ਕਲਪਾਰਤੀ ਸਮੁਦਾਏ ਕੀ ਸੰਬੋਧਿਤ ਕਰਦੀ ਹੋਈ ਡਾਕਟਰ ਜੈ ਸ਼ੰਕਰ ਰੇਂਗਲਾਜ ਜੇ ਸਰਕਾਰ ਮਹਿਲਾਇਆਂ ਦੇ ਨਿਰਤਤਵ ਗਿ ਬੜਾਵਾ ਦਿਆ ਕਰਦੀ ਹੈ ਜਿਹਦੇ ਉੱਪਰ ਪਿਛਲੇ ਬਰੇ ਭਾਰਤ ਦੇ G20 ਅਦਕਸ਼ਤਾ ਦੌਰਾਨ ਵੀ ਜੋਰ ਦਿੱਤਾ ਗਿਆ ਹਾ ਜੁਨਾ ਸੰਚਾਲਨ ਦੇ ਬਾਰੇ ਚ ਡਾਕਟਰ ਜੈਸ਼ੰਕਰੋ ਨੇ ਮੁਲਕ ਦੀ ਲੋਕਤਾਂਤ੍ਰਿਕ ਪ੍ਰਕਿਰਿਆ ਦੀ ਸਰਾਹਨਾ ਕੀਤੀ। ਉਹਨੇ ਬਿਕਲਾਇਆ ਜੇ ਐਨਡੀਏ ਸਰਕਾਰ ਦਾ ਤ੍ਰਿਆ ਕਾਰਜਕਾਲ ਇੱਕ ਮਤਵਪੂਰਨ ਉਪਲਬਧੀ ਹੈ ਜਿਹੜੀ ਪਿਛਲੀ ਪ੍ਰਗਤੀ ਤੇ ਕਮੀਆਂ ਦਾ ਮੁਲਾਂਕਣ ਕਰਨੇ ਤੇ ਬਵਿਖ ਲਈ ਜ਼ਰੂਰੀ ਸੁਧਾਰ ਕਰਨੇ ਦੀ anumati ਦਿੰਦਾ ਹੈ। ਅੱਜ ਚੀਨ ਦੇ ਕੋਲੋਨੀ ਵਿਊਰ ਚ ਮਰਦਾਂ ਦੀ ਆਕੀ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਦੇ ਪੰਜਵੇਂ ਤੇ ਖੀਦੀ ਪੂਲ ਮੈਚ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਪਹਿਰੀ ਸਵਾ 1 ਵਜੇ ਮੈਚ ਖੇਡਿਆ ਜਾਗ ਚਾਰ ਬਾਰੀ ਵਿਜੇਤਾ ਰਹੀ ਦੀ ਭਾਰਤੀ ਟੀਮ ਨੇ ਸਾਊਥ ਕੋਰੀਆ ਸ਼ਾ ਸਿੱਧਿਤ ਜੋਤੀ ਜਿੱਤ ਮਗਰਾ ਸੈਮੀਫਾਈਨਲ ਲਈ ਪਹਿਲੇ ਗੇ ਕੁਆਲੀਫਾਈ ਕਰ ਲੇਤਾ ਰਹਾ ਹਰਮਨਪ੍ਰੀਤ ਸਿੰਘ ਉਨ ਦੀ ਅਗਵਾਈ ਚ ਭਾਰਤੀ ਆਕੀ ਟੀਮ ਅਜੇ ਤੱਕ ਇਸ ਟੂਰਨਾਮੈਂਟ ਦੇ ਸੱਬੇ ਮੈਚ ਜਿੱਤਦੀ ਆਈ ਹੈ ਤੇ ਅੰਕ ਤਾਲਿਕਾ ਚ 12 ਅੰਕ ਲਈ ਇਹ ਸਭਨੇ ਸ਼ਾ ਉੱਪਰ ਹੈ ਆਉਂਦੀ 16 ਸਤੰਬਰ ਦੀ ਸੈਮੀਫਾਈਨਲ ਤੇ 17 ਸਤੰਬਰ ਦੀ ਫਾਈਨਲ ਮੈਚ ਖੇਡੇ ਜਾਣਗੇ ਨਾ ਤੇ ਖੀਰ ਚ ਮੁੱਖ ਮੁੱਖ ਖਬਰਾਂ ਇੱਕ ਵਾਰੀ ਪੜਤੀਏ ਜੰਮੂ ਕਸ਼ਮੀਰ ਤੇ ਹਰਿਆਣਾ ਚ ਅਸੈਂਬਲੀ ਚੋਣਾਂ ਲਈ ਪ੍ਰਚਾਰ ਲਗਾਤਾਰ ਜ਼ੋਰ ਫਗੜਾ ਜਾ ਕਰਦਾ ਹੈ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਵਰਿਸ਼ਠ ਨੇਤਾ ਨਰਿੰਦਰ ਮੋਦੀ ਹੋਰ ਅੱਜ ਡੋਡਾ ਚ ਚੋਣਾਂ ਰੈਲੀ ਕਰਨਗੇ ਨਾ ਕੇਂਦਰ ਸਰਕਾਰਾਂ ਨੇ ਜਮਾਖੋਰੀ ਤੇ ਕੀਮਤਾਂ ਦੀ ਸਥਿਰ ਰੱਖਣ ਦੇ ਮਕਸਦ ਕਰਨੇ ਕਨਕ ਤੇ ਪੰਡਾਰਨ ਦੀ ਆਦਨ ਨਵੇਂ ਸਿਰਿਆਤਾ ਕੀਤੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ हिंदी दिवस 2024 ਦੇ ਮੌਕੇ ਪਰ ਸਰਕਾਰੀ ਪਾਸ਼ਾ ਹੀ ਰਿਕ ਜੈੰਤੀ ਸਮਰੋਧ ਦੇ ਉਦਘਾਟਨੀ ਸੱਤਰਗਿ ਸੰਬੋਧਿਤ ਕਰੰਗਨ ਅਸਮ ਚ ਰਾਜ ਮੰਤਰੀ ਮੰਡਲ ਨੇ ਅਨਿਯਮਿਤ ਜਮਾਤ ਤੇ ਗੈਰ ਕਾਨੂੰਨੀ ਟ੍ਰੇਡਿੰਗ ਕੋਟਾ ਲੈ ਕਰਨੇ ਜੁੜੇ ਦੇ ਸਭ ਨੇ ਮਾਮਲੇ ਸੀਬੀਆਈ ਕੀ ਸੌਂਪਨੇ ਦਾ ਫੈਸਲਾ ਲਤਾ ਤੇ ਆਕਿ ਚ ਮਰਦੇ ਦੀ ਐਸ਼ਾਈ ਚੈਂਪੀਅਨਸ ਟਰਾਫੀ ਟੂਰਨਾਮੈਂਟ ਚ ਭਾਰਤ ਦਾ ਮੁਕਾਬਲਾ ਰਹੀ ਪੀ ਹਰੀਰ ਪਾਕਿਸਤਾਨ ਕਨਯੋਗ ਇਹ ਦੇ ਕਰਨਗੇ ਇਸ ਬੇਲੇ ਦਾ ਇਹ ਬੁਲੇਟਿਨ ਸਮਾਪਤ ਹੋਆ